ਦੇਸ਼ ਵਿਦੇਸ਼ ਦੀ ਧਰਤੀ 'ਤੇ ਦੈਨਿਕ ਸਵੇਰਾ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਜਪਜੀ ਸਾਹਿਬ ਦੀ ਬਾਣੀ, ਜਿਸ ਦੀ 25 ਨੰਬਰ ਪੌੜੀ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਦੀਆਂ ਜਿੱਥੇ ਇਸ ਪੌੜੀ ਵਿੱਚ ਦਾਤਾਂ ਦਾ ਜ਼ਿਕਰ ਕੀਤਾ ਹੈ, ਉੱਥੇ ਸਾਡੇ ਜੀਵਾਂ ਦੇ ਵਿੱਚ, ਮਨੁੱਖਾਂ ਦੇ ਵਿੱਚ ਮਹਾਰਾਜ ਨੇ ਕੁਝ ਸੁਭਾਅ ਦੱਸੇ ਨੇ ਵੀ ਕਿਸ ਕਿਸ ਤਰ੍ਹਾਂ ਦੇ ਸੁਭਾਅ, ਕਿਸ ਤਰ੍ਹਾਂ ਦੀ ਵਿਚਾਰ ਵਾਲੇ ਸੰਸਾਰ ਵਿੱਚ ਜੀਵ ਰਹਿੰਦੇ ਨੇ। ਮਹਾਰਾਜ ਕਹਿੰਦੇ ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਬਹੁਤਾ ਕਰਮ ਲਿਖਿਆ ਨਾ ਜਾਏ। ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸਨੂੰ ਰੱਤਾ ਪੀ ਲਾਲਚ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਉਸਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ। ਬਹੁਤਾ ਕਰਮ, ਕਰਮ ਦਾ ਅਰਥ ਹੈ ਬਖਸ਼ਿਸ਼, ਉਹਦੀ ਇਤਨੀ ਵੱਡੀ ਬਖਸ਼ਿਸ਼, ਇਤਨੀ ਵੱਡੀ ਰਹਿਮਤ ਹੈ, ਜਿਸ ਬਾਬਤ ਜੇ ਕੋਈ ਆਖੇ ਕਿ ਭਾਈ ਤੂੰ ਉਸ ਪਰਮੇਸ਼ਰ ਦੀ ਬਖਸ਼ਿਸ਼ ਬਾਰੇ ਕਹਿ ਸਕਦਾ, ਉਸ ਦੀ ਮਿਹਰ, ਉਸ ਦੀ ਰਹਿਮਤ, ਉਸ ਦੀ ਕਿਰਪਾ ਬਾਬਤ ਲਿਖ ਸਕਦਾ, ਤਾਂ ਕਹਿੰਦੇ ਲਿਖਿਆ ਨਹੀਂ ਜਾ ਸਕਦਾ। ਔਰ ਉਹ ਵੱਡਾ ਦਾਤਾ ਜਿਹੜਾ ਸਾਨੂੰ ਦਾਤਾਂ ਦੇ ਰਿਹਾ, ਇਹ ਨਹੀਂ ਹੈ ਕਿ ਉਹਦੇ ਵਿਜਾਨੇ ਵਿੱਚ ਉਹਨੂੰ ਸਾਡੇ ਤੋਂ ਕੋਈ ਲਾਲਚ ਹੈ। ਅਸੀਂ ਕਿਸੇ ਨੂੰ ਕੋਈ ਚੀਜ਼ ਵੀ ਦਿੰਦੇ ਹਾਂ ਨਾ, ਅਤੇ ਕੋਈ ਕਹਿੰਦਾ ਹੈ, ਮੰਨ ਲਓ ਕੋਈ ਮਨੁੱਖ ਅੱਜ ਕਿਸੇ ਰੁਤਬੇ 'ਤੇ ਬੈਠਾ, ਅਤੇ ਅਸੀਂ ਉਹਨੂੰ ਵਧਾਈ ਵੀ ਦੇਣੀ ਹੋਵੇ ਨਾ, ਬਈ ਇਹਨੂੰ ਆਪਾਂ ਵਧਾਈ ਦੇਈਏ, ਭਾਈ ਤੈਨੂੰ ਅੱਜ ਆ ਰੁਤਬਾ, ਤੈਨੂੰ ਅੱਜ ਪਦਵੀ ਪ੍ਰਾਪਤ ਹੋਈ ਹੈ, ਤੂੰ ਇਸ ਸੀਟ ਦੇ ਉੱਪਰ ਬੈਠਾ ਹੈ, ਤਾਂ ਧਿਆਨ ਕਰਨਾ ਸਾਡੇ ਮਨ ਵਿੱਚ ਪਹਿਲਾਂ ਆਉਂਦਾ ਹੈ ਅੱਜ ਵਧਾਈ ਦੇਈਏ, ਕੱਲ੍ਹ ਨੂੰ ਇਹਦੇ ਤੋਂ ਕੋਈ ਨਾ ਕੋਈ ਕੰਮ ਲਵਾਂਗੇ। ਇਹਦਾ ਮਤਲਬ ਹੈ ਸਾਡੇ ਅੰਦਰ ਲਾਲਚ ਹੈ। ਇਸੇ ਤਰ੍ਹਾਂ ਕੋਈ ਵੀ ਵਸਤੂ ਅਸੀਂ ਕਿਸੇ ਮਨੁੱਖ ਨੂੰ ਦਿੰਦੇ ਹਾਂ, ਤਾਂ ਸਾਡੇ ਮਨ ਵਿੱਚ ਪਹਿਲਾਂ ਲਾਲਚ ਹੁੰਦਾ ਹੈ ਕਿ ਆਪਾਂ ਵੀ ਕੱਲ੍ਹ ਨੂੰ ਇਹਦੇ ਤੋਂ ਇਹ ਮਤਲਬ ਲੈ ਸਕਦੇ ਹਾਂ। ਜੇ ਅੱਜ ਇਹਨੂੰ ਇਹ ਦੇਵਾਂਗੇ ਤਾਂ ਕੱਲ੍ਹ ਇਹਦੇ ਤੋਂ ਇਹ ਕੁਝ ਲੈ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਲੇਕਿਨ ਉਹ ਦਾਤਾਂ ਦੇ ਰਿਹਾ ਹੈ, ਉਹ ਬਖਸ਼ਿਸ਼ਾਂ ਕਰ ਰਿਹਾ, ਲੇਕਿਨ ਉਹਨੂੰ ਸਾਡੇ ਤੋਂ ਇੱਕ ਤਿਲ ਜਿੰਨਾ ਵੀ ਤਮਾਏ ਦਾ ਅਰਥ ਹੈ, ਤਮਾ, ਤਮਾ ਕਹਿੰਦੇ ਲਾਲਚ ਨੂੰ, ਉਸੇ ਤੋਂ ਸ਼ਬਦ ਹੈ ਤਮਾਏ, ਕਹਿੰਦੇ ਉਸ ਮਾਲਕ ਨੂੰ ਸਾਡੇ ਤੋਂ ਤਿਲ ਜਿੰਨਾ ਵੀ ਜਿਹੜਾ ਉਹ ਲਾਲਚ ਨਹੀਂ ਹੈ, ਵੱਡਾ ਦਾਤਾ ਤਿਲ ਨਾ ਤਮਾਏ। ਫਿਰ ਮਹਾਰਾਜ ਕਹਿੰਦੇ ਕੇਤੇ ਮੰਗੈ ਜੋਧ ਅਪਾਰ, ਬੇਅੰਤ ਸੂਰਮੇ, ਉਸ ਮਾਲਕ ਦੇ ਦਰ ਤੋਂ ਇਹ ਦਾਤਾਂ ਜਿਹੜੀਆਂ ਨੇ, ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ ਜਿਨ੍ਹਾਂ ਦੀ ਗਿਣਤੀ ਦੀ ਵਿਚਾਰ ਨਹੀਂ ਹੋ ਸਕਦੀ, ਕੇਤਿਆਂ ਗਣਤ ਨਹੀਂ ਵਿਚਾਰ, ਕਹਿੰਦੇ ਉਹ ਉਸੇ ਦਰ ਤੋਂ ਮੰਗ ਰਹੇ ਨੇ ਜਿਹਦੀ ਗਿਣਤੀ ਨੇ, ਕਈ ਜੀਵ ਉਸਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿੱਚ ਹੀ ਖਪ ਖਪ ਕੇ ਨਾਸ਼ ਹੁੰਦੇ ਜਾ ਰਹੇ ਨੇ। ਕਹਿੰਦੇ ਕੇਤੇ ਖਪ ਟੁੱਟੈ ਵਿਕਾਰ, ਜਿਹੜੇ ਉਹਦੀਆਂ ਦਾਤਾਂ ਨੂੰ ਵਰਤ ਰਹੇ ਨੇ, ਖਾ ਰਹੇ ਨੇ, ਹੰਢਾ ਰਹੇ ਨੇ ਆਪਣੇ ਜੀਵਨ ਦੇ ਵਿੱਚ, ਅਤੇ ਉਸੇ ਦੇ ਵਿੱਚ ਹੀ ਜਿਹੜੇ ਨੇ ਉਹ ਖਪ ਜਾਂਦੇ ਨੇ, ਸਮਾਪਤ ਹੋ ਜਾਂਦੇ ਨੇ। ਹੁਣ ਮਹਾਰਾਜ ਨੇ ਅੱਗੇ ਤਿੰਨ ਰੂਪ ਲਿਖੇ ਆ, ਕਹਿੰਦੇ ਇੱਕ ਤਾਂ ਉਹਨੇ ਕੇਤੇ ਲੈ ਲੈ ਮੁੱਕਰ ਪਾਹੇ, ਕੁਝ ਤਾਂ ਐਸੀ ਵਿਚਾਰ ਵਾਲੇ ਨੇ ਜਿਹੜੇ ਕਹਿੰਦੇ ਆ ਜੀ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ, ਨਿੱਤਾ ਪ੍ਰਤੀ ਉਹਦੀ ਦਿੱਤੀ ਹਵਾ ਵਿੱਚ ਸਾਹ ਲੈਂਦੇ ਆ, ਉਹਦੀ ਦਿੱਤੀ ਜ਼ੁਬਾਨ ਨਾਲ, ਇੱਥੋਂ ਤੱਕ ਨਹੀਂ ਸੋਚਦੇ ਵੀ ਜਿਹੜੀ ਜ਼ੁਬਾਨ ਨਾਲ ਅੱਜ ਇਹ ਗੱਲ ਕਹਿ ਰਹੇ ਹਾਂ ਕਿ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ, ਜੇ ਉਹ ਇਹ ਜ਼ੁਬਾਨ ਵਿੱਚ ਬੋਲਣ ਦੀ ਤਾਕਤ ਨਾ ਦਿੰਦਾ ਤਾਂ ਤੂੰ ਇਹ ਸ਼ਬਦ ਵੀ ਨਾ ਕਹਿ ਪਾਉਂਦਾ। ਉਸ ਮਾਲਕ ਨੇ ਤੈਨੂੰ ਇਹ ਜ਼ੁਬਾਨ ਦਿੱਤੀ ਤਾਂ ਤੂੰ ਬੋਲ ਰਿਹਾ ਹੈ, ਜਨਜੇਵਾ ਦਿੱਤੀ ਬੋਲੇ ਤਾਤ। ਕਹਿੰਦੇ ਕੇਤੇ ਲੈ ਲੈ ਮੁੱਕਰ ਪਾਹੇ, ਬੜੇ ਜੀਵ ਐਸੇ ਜਿਹੜੇ ਲੈ ਲੈ ਕੇ ਉਸਦੀਆਂ ਦਾਤਾਂ ਨਿੱਤਾ ਪ੍ਰਤੀ ਖਾ ਰਹੇ ਨੇ, ਪੀ ਰਹੇ ਨੇ, ਲੇਕਿਨ ਫਿਰ ਵੀ ਕਹਿੰਦੇ ਜੀ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ। ਅਗਲਾ ਮਹਾਰਾਜ ਦੂਸਰੀ ਕੈਟਾਗਰੀ, ਕਹਿੰਦੇ ਕੇਤੇ ਮੂਰਖ ਖਾਹੀ ਖਾਹੇ, ਅਤੇ ਕੁਝ ਐਸੇ ਮੂਰਖ ਨਾ ਸਮਝ ਨੇ ਜਿਹੜੇ ਉਹਦੀਆਂ ਦਾਤਾਂ ਦਿੱਤੀਆਂ ਨੂੰ ਖਾ ਰਹੇ ਨੇ, ਭੋਗ ਰਹੇ ਨੇ, ਲੇਕਿਨ ਜੇ ਉਹਨਾਂ ਨੂੰ ਆਖੋ ਭਾਈ ਜੀ ਦਾ ਦਿੱਤਾ ਖਾ ਰਹੇ ਹੋ, ਜਿਸ ਦਾ ਦਿੱਤਾ ਖਾਵਣਾ, ਤਿਸ ਕਹੀ ਹੈ ਸ਼ਾਬਾਸ਼, ਕਿਤੇ ਉਸ ਰੱਬ ਦੀ ਭਾਈ ਵਡਿਆਈ ਕਰ ਲਿਆ ਕਰੋ, ਉਹਦਾ
ਸ਼ੁਕਰਾਨੇ ਕਰ ਲਿਆ ਕਰੋ ਜਿਹਨੇ ਇੰਨਾ ਕੁਝ ਦਿੱਤਾ ਹੈ। ਅਤੇ ਅੱਗੋਂ ਉਹ ਕਹਿੰਦੇ ਆ ਜੀ ਸਾਡੇ ਕੋਲ ਸਮਾਂ ਹੀ ਕੋਈ ਨਹੀਂ, ਕੰਮ ਹੀ ਇੰਨਾ, ਸਾਡੇ ਕੋਲ ਤਾਂ ਜਿਹੜਾ ਜੀ ਕਾਰਜ ਹੀ ਇਤਨੇ ਸਮਾਂ ਹੀ ਕੋਈ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਤੈਨੂੰ ਇਹ ਕੰਮ ਵਾਲਾ ਬਣਾਇਆ ਹੈ, ਜਿਹਨੇ ਤੈਨੂੰ ਇਹ ਦਾਤਾਂ ਦਿੱਤੀਆਂ ਨੇ, ਚੇਤਾ ਰੱਖੀ ਇੱਥੇ ਦੁਨੀਆ 'ਤੇ ਉਹ ਵੀ ਲੋਕ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਜੀ ਸਾਡੇ ਕੋਲ ਟਾਈਮ ਹੀ ਇੰਨਾ, ਕੰਮ ਹੀ ਕੋਈ ਨਹੀਂ ਹੈ। ਉਸ ਮਾਲਕ ਦਾ ਸ਼ੁਕਰ ਕਰ। ਕਹਿੰਦੇ ਕੋਈ ਜੀਵ ਨੇ ਜਿਹੜੇ ਉਹਦੀਆਂ ਦਾਤਾਂ ਵਿੱਚ ਇਤਨੇ ਕੁ ਗਲਤਾਨ ਹੋ ਗਏ, ਵਿਸ਼ੇ ਵਿਕਾਰਾਂ ਵਿੱਚ ਇੰਨੇ ਕੁ ਗਵਾਚ ਗਏ ਕਿ ਉਹਨਾਂ ਨੂੰ ਭੁੱਲ ਹੀ ਗਿਆ ਕਿ ਜਿਸ ਮਾਲਕ ਨੇ ਦਾਤਾਂ ਦਿੱਤੀਆਂ, ਜਿਹਦਾ ਦਿੱਤਾ ਖਾਨੇ ਆ, ਉਸ ਮਾਲਕ ਦਾ ਕਿਤੇ ਸ਼ੁਕਰਾਨਾ ਵੀ ਕਰੀਏ। ਕਿਤੇ ਮੂਰਖ ਖਾ ਹੀ ਖਾਏ, ਕਹਿੰਦੇ ਮੂਰਖਾਂ ਦੀ ਤਰ੍ਹਾਂ ਕੇਵਲ ਖਾ ਹੀ ਰਹੇ ਨੇ, ਲੇਕਿਨ ਮਾਲਕ ਨੂੰ ਚੇਤੇ ਨਹੀਂ ਕਰਦੇ। ਹੁਣ ਤੀਸਰੇ ਜਿਹੜੇ ਨੇ ਉਹ ਜੀਵਨ ਆਖਿਆ, ਪਹਿਲੇ ਦੋ ਆਖ ਦਿੱਤੇ, ਇੱਕ ਤਾਂ ਉਹ ਜਿਹੜੇ ਕਹਿੰਦੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ, ਮੁੱਕਰ ਹੀ ਗਏ, ਔਰ ਦੂਸਰੇ ਉਹ ਨੇ ਜਿਹੜੇ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈ, ਸਾਡੇ ਕੋਲ ਵਕਤ ਨਹੀਂ, ਅਸੀਂ ਰੱਬ ਦੀ ਵਡਿਆਈ ਕਰੀਏ, ਉਸ ਮਾਲਕ ਦੀ ਸਿਫਤ ਕਰੀਏ। ਲੇਕਿਨ ਤੀਸਰੇ ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਪਰ ਕਹਿੰਦੇ ਅਨੇਕਾਂ ਜੀਵ ਜੋ ਸਦਾ ਦੁੱਖ ਭੁੱਖ ਦੀ ਮਾਰ ਜਿਹੜੀ ਹੈ ਉਹਨਾਂ ਦੇ ਭਾਗਾਂ ਵਿੱਚ ਉਹ ਸਹਿ ਰਹੇ ਨੇ, ਪਾ ਰਹੇ ਨੇ, ਔਰ ਮਹਾਰਾਜ ਕਹਿੰਦੇ ਲੇਕਿਨ ਉਹ ਫਿਰ ਵੀ ਦੁੱਖਾਂ ਦੇ ਵਿੱਚ, ਭੁੱਖਾਂ ਦੇ ਵਿੱਚ, ਗੁਰਬਤ ਦੇ ਵਿੱਚ, ਗਰੀਬੀ ਦੇ ਵਿੱਚ ਫਿਰ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਦੇ। ਇਹੀ ਗੱਲ ਕਹਿੰਦੇ ਦਾਤਾ, ਜੇ ਸੁੱਖ ਤੇਰੀ ਦਾਤ ਹੈ ਤਾਂ ਇਹ ਦੁੱਖ ਵੀ ਤੇਰੀ ਦਾਤ ਹੈ। ਜੇ ਮੈਂ ਸੁੱਖ ਨੂੰ ਜੀ ਆਇਆ ਕਹਿੰਦਾ ਮੈਂ ਮਿੱਠਾ ਕਰਕੇ ਮੰਨਦਾ ਹੈ, ਤਾਂ ਜੇ ਅੱਜ ਭੁੱਖ ਹੈ ਤਾਂ ਮੈਂ ਇਹਨੂੰ ਵੀ ਮਿੱਠਾ ਕਰਕੇ ਮੰਨਾਂਗਾ। ਤਾਂ ਹੀ ਬਚਨ ਆਇਆ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਉਹ ਹਰ ਵਕਤ ਉਸ ਮਾਲਕ ਦੇ ਸ਼ੁਕਰ ਦੇ ਵਿੱਚ ਨੇ, ਕਦੇ ਵੀ ਉਸ ਮਾਲਕ ਨੂੰ ਇਹ ਨਹੀਂ ਕਹਿੰਦੇ ਬਈ ਅੱਜ ਜੇ ਕੁਝ ਮਿਲ ਗਿਆ ਤਾਂ ਰੱਬ ਬੜਾ ਚੰਗਾ ਹੈ, ਅਤੇ ਜੇ ਅੱਜ ਕੁਝ ਚਲਾ ਗਿਆ ਤਾਂ ਆਖਣਾ ਕਿ ਰੱਬ ਜਿਹੜਾ ਹੈ ਉਹ ਵੀ ਸਾਡੇ ਤੋਂ ਬਦਲੇ ਪਿਆ ਲੈਂਦਾ ਹੈ, ਉਹ ਵੀ ਸਾਡੇ ਨਾਲ ਐਸਾ ਕਰ ਰਿਹਾ। ਕਹਿੰਦੇ ਉਹ ਸਦਾ ਹੀ ਹੱਥ ਜੋੜ ਕੇ ਆਖਦੇ ਨੇ ਕਿ ਧਿਆ ਦੁੱਖ ਭੁੱਖ ਸਦ ਮਾਰ, ਉਹ ਕਹਿੰਦੇ ਇਹ ਪੇ ਦਾਤ ਤੇਰੀ ਦਾਤਾਰ। ਅਸੀਂ ਕਈ ਵਾਰੀ ਵੇਖਦੇ ਹਾਂ ਕਿ ਬੰਦੇ ਨੂੰ ਗੱਡੀ ਮਿਲੀ ਹੈ, ਉਹਦੇ ਉੱਤੇ ਤਾਂ ਇਹ ਬਚਨ ਲਿਖ ਦਿੱਤਾ ਇਹ ਪੇ ਦਾਤ ਤੇਰੀ ਦਾਤਾਰ, ਲੇਕਿਨ ਪਿਛਲੀ ਪੰਕਤੀ ਨਾ ਪੜ੍ਹੀ ਬਈ ਅਸਲ ਵਿੱਚ ਇਕੱਲਾ ਇਹ ਸਾਧਨ ਮਿਲਣਾ, ਇਹ ਪਦਾਰਥ ਮਿਲਣੇ, ਇਸੇ ਨੂੰ ਦਾਤ ਨਾ ਕਹਿ, ਕਿਉਂਕਿ ਜੇ ਇਹਨੂੰ ਇਕੱਲੀ ਦਾਤ ਮੰਨੇਗਾ ਕੱਲ੍ਹ ਦੁੱਖ ਆਏਗਾ, ਅਤੇ ਉਸ ਰੱਬ ਨੂੰ ਜਿਹੜਾ ਉਲਾਂਭੇ ਦੇਵੇਗਾ। ਇਸੇ ਕਰਕੇ ਉਸ ਨਿਰੰਕਾਰ ਦਾ ਸ਼ੁਕਰਾਨਾ, ਦੁੱਖ ਵਿੱਚ, ਭੁੱਖ ਵਿੱਚ ਦਾਤ ਮਿਲੀ ਹੈ ਅਤੇ ਤਾਂ ਵੀ ਉਸ ਦਾ ਸ਼ੁਕਰ, ਅਤੇ ਜੇ ਅੱਜ ਕੋਲ ਕੁਝ ਨਹੀਂ ਅਤੇ ਤਾਂ ਵੀ ਉਸ ਮਾਲਕ ਦਾ ਸ਼ੁਕਰਾਨਾ। ਉਹ ਸਦਾ ਹੀ ਉਸ ਦੀ ਰਜ਼ਾ ਦੇ ਵਿੱਚ ਤੁਰਦੇ ਆ। ਇਹਨੂੰ ਹੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨੈ। ਉਹ ਐਸੇ ਜੀਵਨ ਵਾਲਾ ਹੋ ਗਿਆ। ਮਹਾਰਾਜ ਕਹਿੰਦੇ ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਕਹਿੰਦੇ ਮਾਇਆ ਦੇ ਮੂੰਹ ਰੂਪ ਬੰਧਣਾ ਤੋਂ ਛੁਟਕਾਰਾ ਜਿਹੜਾ ਹੈ, ਅਕਾਲ ਪੁਰਖ ਦੀ ਰਜ਼ਾ ਵਿੱਚ ਭਾਣੇ ਹੋਏ, ਉਹਦੀ ਰਜ਼ਾ ਵਿੱਚ ਹੀ ਤੁਰਿਆ ਹੋ ਸਕਦਾ ਹੈ। ਹੋਰ ਆਖ ਨਾ ਸਕੈ ਕੋਈ, ਇਹਦਾ ਹੋਰ ਕੋਈ ਵਸੀਲਾ ਨਹੀਂ ਹੈ। ਜੇ ਕੋ ਆਖੇ ਵੀ ਮੈਂ ਇਸ ਮੋਹ ਮਾਇਆ ਤੋਂ ਛੁੱਟਣ ਵਾਸਤੇ ਆਹ ਕਰ ਲਵਾਂ, ਐਸਾ ਕਰ ਲਵਾਂ, ਕਹਿੰਦੇ ਤਾਂ ਉਸ ਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ, ਉਹਦੀ ਆਗਿਆ ਦੇ ਵਿੱਚ ਹੀ ਹੋਣਾ ਹੈ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਕਹਿੰਦੇ ਇਹਦਾ ਕੋਈ ਹੋਰ ਵਸੀਲਾ ਨਹੀਂ। ਨਾਲ ਕਹਿੰਦੇ ਜੇ ਕੋ ਖਾਇਕ, ਖਾਇਕ ਦਾ ਅਰਥ ਵੀ ਨਾ ਸਮਝ ਹੁੰਦਾ, ਮੂਰਖ ਹੁੰਦਾ ਹੈ, ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ। ਅਤੇ ਜੇ ਕੋਈ ਇਹ ਦਾਅਵਾ ਕਰੇ ਕਿ ਮੈਨੂੰ ਪਤਾ ਹੈ ਉਸ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਮੋਹ ਮਾਇਆ ਤੋਂ ਕਿਵੇਂ ਉੱਪਰ ਉੱਠੀਦਾ ਹੈ, ਉਹਦੇ ਨਾਲ ਬਿਰਤੀ ਕਿਵੇਂ ਜੋੜੀ ਦੀ ਹੈ, ਕਹਿੰਦੇ ਉਹਨੂੰ ਪਤਾ ਨਹੀਂ ਕਿੰਨੀਆਂ ਕੁ ਮੁੱਖ 'ਤੇ ਮਾਰਾਂ ਪੈਂਦੀਆਂ ਨੇ, ਇਸ ਬਾਬਤ ਕਿਹਾ ਨਹੀਂ ਜਾ ਸਕਦਾ। ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ, ਕਹਿੰਦੇ ਸਾਰੇ ਨਾ ਸ਼ੁਕਰੇ ਨਹੀਂ ਹਨ। ਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਨੇ ਕਿ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਅਤੇ ਆਪ ਹੀ ਦਾਤਾਂ ਦਿੰਦਾ ਹੈ। ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ, ਕਹਿੰਦੇ ਉਹ ਆਖਦੇ ਕਿ ਉਹ ਮਾਲਕ ਅਕਾਲ ਪੁਰਖ ਸਭ ਜੀਵਾਂ ਦੀ ਜਾਣਦਾ ਵੀ ਇਹਦੀ ਲੋੜ ਕੀ ਹੈ, ਇਹਦੀ ਲੋੜ ਕੀ, ਉਸੇ ਅਨੁਸਾਰ ਇਹ ਦਾਤਾਂ ਜਿਹੜੀਆਂ ਉਹ ਬਖਸ਼ਿਸ਼ ਕਰ ਦਿੰਦਾ, ਉਹ ਸਦਾ ਉਹਦੇ ਸ਼ੁਕਰ ਵਿੱਚ। ਅਤੇ ਸਭ ਨਾਲੋਂ ਵੱਡੀ ਦਾਤ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ, ਕਹਿੰਦੇ ਜਿਸ ਨੂੰ ਤੂੰ ਆਪਣੀ ਸਿਫਤ ਤੋਂ ਸਲਾਹ ਦੇ ਦੇਵੇਂ, ਜਿਹਨੂੰ ਆਪਣੇ ਨਾਮ ਦੀ ਦਾਤ ਦੇ ਦੇਵੇਂ, ਆਪਣੀ ਵਡਿਆਈ ਭਗਤੀ ਦੇ ਦੇਵੇਂ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਰਾਜਿਆਂ ਦਾ ਰਾਜਾ ਹੈ।
ਗੁਰੂ ਕਿਰਪਾ ਕਰੇ ਕਿਤੇ ਦਾਤ ਸਾਡੀ ਝੋਲੀ ਵਿੱਚ ਵੀ ਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।